ਬੜਾ ਹੈਰਾਨ ਹੋਇਆ ਕਿ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਨ ਲੱਗੇ ਨੇ ਤੇ ਹਕੂਮਤ ਨੇ ਪਹਿਲੀ ਇੱਕ ਜਿਹੜੀ ਗੱਲ ਕਹੀ ਹੈ, ਵੈਸੇ ਸਾਰੇ ਸ਼ਹੀਦਾਂ ਨੂੰ ਉਹ ਗੱਲ ਕਹਿੰਦੇ ਰਹੇ ਆ, ਉਹ ਕਿਹੜੀ ਸੀ ਸੁਣਿਆ ਜੀ ਸਾਰੇ? ਉਹ ਗੱਲ ਕਹਿੰਦੇ ਰਹੇ ਹੈ ਵੀ ਦੇਖ ਅਸੀਂ ਤੈਨੂੰ ਮਾਰਦੇ ਨਹੀਂ, ਅਸੀਂ ਤੈਨੂੰ ਮਾਰਦੇ ਨਹੀਂ, ਪਰ ਸਾਡੀ ਇੱਕ ਬੇਨਤੀ ਪ੍ਰਵਾਨ ਕਰ ਲੈ, ਤੂੰ ਆਪਣੇ ਕੇਸ ਦੇ ਦੇ। ਤੇ ਜਦੋਂ ਮੈਂ ਬਰੀਕੀ ਦੇ ਵਿੱਚ ਵੇਖਿਆ, ਮੈਂ ਕਿਹਾ ਵੀ ਕਮਾਲ ਦੀ ਗੱਲ ਹੈ ਕਿ ਸਿੱਖ ਨੂੰ ਕਦੀ ਨਹੀਂ ਕਹਿੰਦੇ ਵੀ ਇਹਦੀ ਲੱਤ ਕੱਟ ਦਿਓ, ਇਹਦੀ ਬਾਂਹ ਕੱਟ ਦਿਓ, ਇਹਦਾ ਨੱਕ ਕੱਟ ਦਿਓ। ਜਦੋਂ ਕਹਿੰਦੇ ਨੇ ਕਹਿੰਦੇ ਵੀ ਇਹਦੇ ਕੇਸ ਕੱਟ ਦਿਓ, ਉਹਦਾ ਕਾਰਨ ਕੀ ਹੈ? ਫਿਰ ਮੈਨੂੰ ਪਤਾ ਲੱਗਾ ਵੀ ਸਾਡੇ ਦੁਸ਼ਮਣ ਨੂੰ ਵੀ ਪਤਾ ਵੀ ਸਾਨੂੰ ਪੀੜ ਕਿੱਥੇ ਕਿਤੇ ਹੁੰਦੀ ਹੈ। ਇੱਕ ਚੇਤਾ ਰੱਖਿਆ ਜੀ, ਉਹ ਕਹਿੰਦਾ ਲੱਤ ਕੱਟੀ ਤੇ ਇਹਨਾਂ ਨੂੰ ਪੀੜ ਨਹੀਂ ਹੁੰਦੀ, ਇਹ ਬਾਂਹ ਕੱਟੀ ਤੇ ਇਹਨਾਂ ਨੂੰ ਪੀੜ ਨਹੀਂ ਹੁੰਦੀ, ਪਰ ਜਦੋਂ ਇਹਨਾਂ ਦੇ ਕੇਸਾਂ ਨੂੰ ਕੰਮ ਪੈਂਦਾ ਤੇ ਇਹਨਾਂ ਨੂੰ ਬੜੀ ਵੱਡੀ ਇੱਕ ਪੀੜ ਹੁੰਦੀ ਹੈ। ਤੇ ਮੇਰੇ ਮਨ ਦੇ ਵਿੱਚ ਖਿਆਲ ਆਇਆ, ਮੈਂ ਪ੍ਰਦੇਸ਼ ਦੇ ਵਿੱਚ ਸਾਂ ਤੇ ਇੱਕ ਚੈਨਲ ਦੇ ਉੱਪਰ ਬੋਲਦਾ ਪਿਆ ਸਾਂ, ਕੁਦਰਤੀ ਤੌਰ ਦੇ ਉੱਪਰ ਮੈਨੂੰ ਕਹਿੰਦੇ ਕਾਲ ਲੈਣੀ ਹੈ, ਲੈ ਲਈਏ, ਮੈਂ ਤਾਂ ਜ਼ਰੂਰ ਲੈ ਲੈਂਦੇ ਹਾਂ। ਮੇਰੇ ਖਿਆਲ ਦੇ ਵਿੱਚ ਇੱਕ ਨੌਜਵਾਨ ਬੱਚਾ ਕਿ ਬੱਚੀ ਉਹਨੇ ਇੱਕ ਗੱਲ ਕਹੀ, ਕਹਿੰਦੇ ਜੀ ਤੁਸੀਂ ਤਾਰੂ ਸਿੰਘ ਦੀ ਸ਼ਹਾਦਤ ਦੀ ਗੱਲ ਕੀਤੀ ਹੈ? ਮੈਂ ਕਿਹਾ ਹਾਂ ਕੀਤੀ ਹੈ। ਕਹਿੰਦੇ ਤੁਸੀਂ ਕਿਹਾ ਵੀ ਤਾਰੂ ਸਿੰਘ ਦੇ ਜਦੋਂ ਖੋਪਰ ਨੂੰ ਖੱਤ ਪੈਂਦਾ ਤੇ ਤਾਰੂ ਸਿੰਘ ਨੂੰ ਪੀੜ ਨਹੀਂ ਹੁੰਦੀ, ਪਰ ਜਦੋਂ ਕੇਸਾਂ ਨੂੰ ਖੱਤ ਪੈਂਦਾ ਤੇ ਤਾਰੂ ਸਿੰਘ ਨੂੰ ਦਰਦ ਹੁੰਦਾ? ਕਹਿੰਦੇ ਲੱਗਦਾ ਵਿਆਖਿਆ ਕਰਨ ਦੇ ਵਿੱਚ ਤੁਹਾਨੂੰ ਭੁਲੇਖਾ ਪੈ ਗਿਆ। ਮੈਂ ਕਿਹਾ ਕਾਹਦਾ ਭੁਲੇਖਾ ਪੈ ਗਿਆ? ਕਹਿੰਦੇ ਅਸਲ ਦੇ ਵਿੱਚ ਕੇਸ ਕੱਟੋ ਤੇ ਪੀੜ ਨਹੀਂ ਹੁੰਦੀ। ਧਿਆਨ ਦਿਆ ਜੇ, ਕਹਿੰਦੇ ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਵੋ। ਆਖੇ ਜੀ ਕੇਸ ਕੱਟੋ ਤੇ ਪੀੜ ਨਹੀਂ ਹੁੰਦੀ, ਜੇ ਮਾਸ ਕੱਟੋ ਤੇ ਬੰਦੇ ਨੂੰ ਪੀੜ ਹੁੰਦੀ ਹੈ। ਤੇ ਕਹਿੰਦੇ ਤੁਸੀਂ ਕਹਿ ਰਹੇ ਹੋ ਵੀ ਤਾਰੂ ਸਿੰਘ ਨੇ ਗੱਲ ਕਹਿ ਦਿੱਤੀ, ਤਾਰੂ ਸਿੰਘ ਕਹਿੰਦਾ ਵੀ ਜੇ ਕੇਸ ਕੱਟੋਗੇ ਤੇ ਮੈਨੂੰ ਦਰਦ ਹੈ, ਪਰ ਜੇ ਖੋਪਰ ਲਾ ਦਿਓਗੇ ਤੇ ਮੈਨੂੰ ਦਰਦ ਕੋਈ ਨਹੀਂ। ਕਹਿੰਦੇ ਇਹਦੇ ਅਰਥ ਕੀ ਨੇ? ਮੈਂ ਕਿਹਾ ਮਿੱਤਰਾ ਗੱਲ ਕੋਈ ਨਹੀਂ ਹੈ, ਗੱਲ ਇਹ ਹੈ ਵੀ ਜਦੋਂ ਪਿਆਰ ਸੱਤ ਬਗਾਨੇ ਦੇ ਨਾਲ ਵੀ ਪੈ ਜੇ ਨਾ ਤੇ ਦਰਦ ਉਹਦਾ ਵੀ ਮਹਿਸੂਸ ਹੁੰਦਾ। ਮੁੱਖ ਦੀ ਗੱਲ ਕੀ ਹੈ ਵੀ ਤੁਸੀਂ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋ ਕੇ ਕੇਸਾਂ ਨਾਲ ਪਿਆਰ ਨਹੀਂ ਪਾਇਆ? ਜੇ ਪਿਆਰ ਪਾਇਆ ਹੁੰਦਾ ਤੇ ਚੰਮ ਦੀ ਪੀੜ ਨਾ ਹੁੰਦੀ, ਫਿਰ ਤੁਹਾਨੂੰ ਕੇਸਾਂ ਦੀ ਪੀੜ ਹੋਣੀ ਸੀ? ਮੇਰੇ ਖਿਆਲ ਦੇ ਵਿੱਚ ਇੱਕ ਨੌਜਵਾਨ ਬੱਚਾ ਕਿ ਬੱਚੀ ਉਹਨੇ ਇੱਕ ਗੱਲ ਕਹੀ, ਕਹਿੰਦੇ ਜੀ ਤੁਸੀਂ ਤਾਰੂ ਸਿੰਘ ਦੀ ਸ਼ਹਾਦਤ ਦੀ ਗੱਲ ਕੀਤੀ ਹੈ? ਮੈਂ ਕਿਹਾ ਹਾਂ ਕੀਤੀ ਹੈ। ਕਹਿੰਦੇ ਤੁਸੀਂ ਕਿਹਾ ਵੀ ਤਾਰੂ ਸਿੰਘ ਦੇ ਜਦੋਂ ਖੋਪਰ ਨੂੰ ਖੱਤ ਪੈਂਦਾ ਤੇ ਤਾਰੂ ਸਿੰਘ ਨੂੰ ਪੀੜ ਨਹੀਂ ਹੁੰਦੀ, ਪਰ ਜਦੋਂ ਕੇਸਾਂ ਨੂੰ ਖੱਤ ਪੈਂਦਾ ਤੇ ਤਾਰੂ ਸਿੰਘ ਨੂੰ ਦਰਦ ਹੁੰਦਾ ਹੈ? ਕਹਿੰਦੇ ਲੱਗਦਾ ਵਿਆਖਿਆ ਕਰਨ ਦੇ ਵਿੱਚ ਤੁਹਾਨੂੰ ਭੁਲੇਖਾ ਪੈ ਗਿਆ। ਮੈਂ ਕਿਹਾ ਕਾਹਦਾ ਭੁਲੇਖਾ ਪੈ ਗਿਆ? ਕਹਿੰਦੇ ਅਸਲ ਦੇ ਵਿੱਚ ਕੇਸ ਕੱਟੋ ਤੇ ਪੀੜ ਨਹੀਂ ਹੁੰਦੀ। ਧਿਆਨ ਦਿਆ ਜੇ, ਕਹਿੰਦੇ ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਵੋ। ਆਖੇ ਜੀ ਕੇਸ ਕੱਟੋ ਤੇ ਪੀੜ ਨਹੀਂ ਹੁੰਦੀ, ਜੇ ਮਾਸ ਕੱਟੋ ਤੇ ਬੰਦੇ ਨੂੰ ਪੀੜ ਹੁੰਦੀ ਹੈ। ਤੇ ਕਹਿੰਦੇ ਤੁਸੀਂ ਕਹਿ ਰਹੇ ਹੋ ਵੀ ਤਾਰੂ ਸਿੰਘ ਨੇ ਗੱਲ ਕਹਿ ਦਿੱਤੀ, ਤਾਰੂ ਸਿੰਘ ਕਹਿੰਦਾ ਵੀ ਜੇ ਕੇਸ ਕੱਟੋਗੇ ਤੇ ਮੈਨੂੰ ਦਰਦ ਹੈ, ਪਰ ਜੇ ਖੋਪਰ ਲਾ ਦਿਓਗੇ ਤੇ ਮੈਨੂੰ ਦਰਦ ਕੋਈ ਨਹੀਂ। ਕਹਿੰਦੇ ਇਹਦੇ ਅਰਥ ਕੀ ਨੇ? ਮੈਂ ਕਿਹਾ ਮਿੱਤਰਾ ਗੱਲ ਕੋਈ ਨਹੀਂ ਹੈ, ਗੱਲ ਇਹ ਹੈ ਵੀ ਜਦੋਂ ਪਿਆਰ ਸੱਤ ਬਗਾਨੇ ਦੇ ਨਾਲ ਵੀ ਪੈ ਜੇ ਨਾ ਤੇ ਦਰਦ ਉਹਦਾ ਵੀ ਮਹਿਸੂਸ ਹੁੰਦਾ ਹੈ। ਮੁੱਖ ਦੀ ਗੱਲ ਕੀ ਹੈ ਵੀ ਤੁਸੀਂ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋ ਕੇ ਕੇਸਾਂ ਨਾਲ ਪਿਆਰ ਨਹੀਂ ਪਾਇਆ? ਜੇ ਪਿਆਰ ਪਾਇਆ ਹੁੰਦਾ ਤੇ ਚੰਮ ਦੀ ਪੀੜ ਨਾ ਹੁੰਦੀ, ਫਿਰ ਤੁਹਾਨੂੰ ਕੇਸਾਂ ਦੀ ਪੀੜ ਹੋਣੀ ਸੀ?